ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਠਿੰਡਾ ਸੀਟ ਦੀ ਗੱਲ ਕਰਦੇ ਹਾਂ। ਬਠਿੰਡਾ ਸੀਟ 'ਤੇ ਜੇ ਤੁਸੀਂ ਵੋਟ ਪਰਸੈਂਟ ਦੇਖੋਗੇ ਤਾਂ ਤਕਰੀਬਨ 54% ਵੋਟ ਜਿਹੜੀ ਹੈ ਉਹ ਸਿੱਖ ਵੋਟ ਹੈ, 34% ਜਿਹੜੀ ਵੋਟ ਹੈ ਉਹ ਹਿੰਦੂ ਵੋਟ ਹੈ। ਅਤੇ ਮੈਂ ਜਿਹੜੀ ਗੱਲਬਾਤ ਕਰਨੀ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ। ਜਦੋਂ ਤੁਸੀਂ ਸਿੱਖ ਵੋਟ ਦੀ ਗੱਲ ਕਰਦੇ ਹੋ ਉਹ ਤਕਰੀਬਨ 5 ਸਿੱਖ ਚਿਹਰਿਆਂ ਦੇ ਵਿੱਚ ਡਿਵਾਈਡ ਹੁੰਦੀ ਹੈ, ਵੰਡੀ ਜਾਂਦੀ ਹੈ ਉਹ ਵੋਟ। ਔਰ ਬਠਿੰਡਾ ਸੀਟ 'ਤੇ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੋਵੇ, ਭਾਵੇਂ ਸ਼੍ਰੋਮਣੀ ਅਕਾਲੀ ਦਲ, ਅਤੇ ਭਾਵੇਂ ਲੱਖਾ ਸਿਧਾਣਾ, ਅਤੇ ਜਾਂ ਕਾਂਗਰਸ ਪਾਰਟੀ ਦਾ ਜਾਂ ਆਮ ਆਦਮੀ ਪਾਰਟੀ ਦਾ, ਇਹ ਸਾਰੇ ਹੀ ਸਿੱਖ ਚਿਹਰੇ ਨੇ। ਅਤੇ ਜਿਹੜੀ ਸਿੱਖ ਵੋਟ ਹੈ 54%, ਉਹ ਇਹ 5 ਚਿਹਰਿਆਂ ਦੇ ਵਿੱਚ, ਜਾਣੀ ਕਿ ਜਿਹੜੇ 5 ਕੈਂਡੀਡੇਟ ਨੇ ਉਹਨਾਂ ਦੇ ਵਿੱਚ ਡਿਵਾਈਡ ਹੋਣੀ ਹੋਣੀ ਹੈ। ਸਿੱਖ ਵੋਟ ਜਿਹੜੀ ਹੈ ਉਹਦੇ ਵਿੱਚੋਂ 30% ਵੋਟ ਉਹ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਖਫ ਹੈ, ਕਿਉਂਕਿ ਜਿਹੜਾ ਪ੍ਰਬੰਧਕੀ ਢਾਂਚਾ ਹੈਗਾ ਸ਼੍ਰੋਮਣੀ ਕਮੇਟੀ ਦਾ ਅਤੇ ਉਹ ਬਹੁਤਾ ਵਧੀਆ ਨਹੀਂ। ਗੁਰਦੁਆਰਿਆਂ ਦੀਆਂ ਤੁਸੀਂ ਜਿਹੜੀਆਂ ਕਮੇਟੀਆਂ ਲੈ ਕਹਿ ਸਕਦੇ ਹਾਂ, ਜਾਂ ਪੰਜਾਬ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਂਦੇ ਨੇ, ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਉਹ ਤੋਂ 30% ਜਿਹੜੇ ਸਿੱਖ ਨੇ ਉਹ ਖਫਾ ਨੇ, ਇਹ ਸੱਚਾਈ ਹੈ। ਅਤੇ ਬਾਕੀ ਹੈਗੀ 24% ਵੋਟ, ਉਹ ਵੋਟ ਜਿਹੜੀ ਹੈ ਇਹ ਜ਼ਰੂਰੀ ਨਹੀਂ ਵੀ ਸ਼੍ਰੋਮਣੀ ਅਕਾਲੀ ਦਲ ਹੈ ਕੇਵਲ ਉਹਨਾਂ ਦੇ ਵਿੱਚ ਸਿੱਖ ਨੇ। ਜੇ ਤੁਸੀਂ ਯਕੀਨ ਕਰਿਓ ਜਿਹੜੀ ਕਾਂਗਰਸ ਦੀ ਵੋਟ ਹੈ ਉਹਦੇ ਵਿੱਚ ਵੀ ਤਕਰੀਬਨ 25% ਵੋਟ ਜਿਹੜੀ ਹੈ ਉਹ ਸਿੱਖਾਂ ਦੀ ਹੈ, ਜਾਣੀ ਕਿ ਸਿੱਖ ਵੋਟ ਵਿੱਚੋਂ ਜੇ ਤੁਸੀਂ ਅੰਦਾਜ਼ਾ ਲਾਓ ਤਾਂ 20-25% ਜਿਹੜੀ ਵੋਟ ਸਿੱਖਾਂ ਦੀ ਹੈ ਉਹ ਕਾਂਗਰਸ ਪਾਰਟੀ ਵੱਲ ਹੈ, ਇਹ ਸੱਚਾਈ ਹੈ ਜਿਹੜਾ ਮੇਰਾ ਸਰਵੇ ਹੈ। ਦੂਜੀ ਗੱਲ ਆਪਾਂ ਕਰ ਲੈਂਦੇ ਹਾਂ ਜਿਹੜੀ ਹਿੰਦੂ ਵੋਟ ਹੈ। ਹਿੰਦੂ ਵੋਟ ਜਿਹੜੀ ਹੈ ਉਹ ਬਠਿੰਡਾ ਸੀਟ 'ਤੇ ਹਿੰਦੂ ਚਿਹਰਾ ਨਾ ਹੋਣ ਕਰਕੇ ਉਹ ਵੋਟ ਤਕਰੀਬਨ BJP ਦੇ ਕੈਂਡੀਡੇਟ ਤੋਂ ਉਲਟ ਭੁਗਤੇਗੀ, ਜਾਣੀ ਕਿ BJP ਦੀ ਜਿਹੜੀ ਕੈਂਡੀਡੇਟ ਹੈ ਪਰਮਲ ਕਿਹੜੀ ਉਹਦਾ ਨਾਂ ਹੈਗਾ ਪਰਮਪਾਲ ਕੌਰ, ਮਲੂਕਾ ਸਾਹਿਬ ਦੀ ਨੂੰਹ ਹੈ, ਹਿੰਦੂ ਵੋਟ ਉਹਦੇ ਤੋਂ ਉਲਟ ਭੁਗਤੇਗੀ। ਜਾਣੀ ਕਿ ਜੇ ਤੁਸੀਂ ਇਹ ਕਹਿ ਲਓ ਜਿਹੜੀ 34% ਵੋਟ ਹੈਗੀ ਹੈ ਹਿੰਦੂ ਸਮਾਜ ਦੀ, ਹਿੰਦੂ ਕਮਿਊਨਿਟੀ ਦੀ, ਉਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਜੇ ਕਹਿ ਲਈਏ ਆਪਾਂ 20% ਵੋਟ ਉਹ ਕਾਂਗਰਸ ਪਾਰਟੀ ਨੂੰ ਭੁਗਤੇਗੀ, ਜਾਣੀ ਕਿ ਜੀਤ ਮਹਿੰਦਰ ਸਿੰਘ ਸਿੱਧੂ ਵੱਲ ਜਾ ਰਹੀ ਹੈ। ਉਹਦਾ ਇੱਕ ਕਾਰਨ ਹੈ, ਇੱਕ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਵੀ ਜਿਹੜੇ ਬਿਜਨਸਮੈਨ ਨੇ ਛੋਟੇ ਜਾਂ ਛੋਟੇ ਵਪਾਰੀ ਨੇ ਜਿਵੇਂ ਦੁਕਾਨਦਾਰ ਹੋ ਗਏ, ਉਹਨਾਂ ਲਈ BJP ਨੇ ਇੱਕ ਵੀ ਕੋਈ ਕੰਮ ਨਹੀਂ ਕੀਤਾ। ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ
ਜਾਣੀ ਕਿ ਇਹ ਕਹਿ ਲਓ ਸਿੱਧੇ ਤੌਰ 'ਤੇ ਵੀ ਜਿਹੜੀ ਹਿੰਦੂ ਵੋਟ ਹੈਗੀ ਆ ਉਹਦੇ ਵਿੱਚ ਜਿਹੜੇ ਛੋਟੇ ਵਪਾਰੀ ਹੋ ਗਏ, ਛੋਟੇ ਦੁਕਾਨਦਾਰ ਹੋ ਗਏ, ਕੁਝ ਕਿਸਾਨ ਵੀ ਉਹਦੇ ਵਿੱਚ ਆਉਂਦੇ ਜਿਹਨਾਂ ਕੋਲ ਜ਼ਮੀਨਾਂ ਨੇ, ਅਤੇ ਉਹਨਾਂ ਲਈ ਬੀਜੇਪੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਉਹਦੇ ਵਿੱਚੋਂ ਵੀ 34% ਵੋਟ ਵਿੱਚੋਂ ਜਿਹੜਾ ਬਹੁਤਾ ਵੱਡਾ ਹਿੱਸਾ ਹੈਗਾ ਸ਼ਹਿਰਾਂ ਦੇ ਵਿੱਚੋਂ, ਅਤੇ ਉਹ ਜ਼ਿਆਦਾ ਤੌਰ 'ਤੇ ਕਾਂਗਰਸ ਦੇ ਵੱਲ ਭੁਗਤ ਰਿਹਾ, ਇਹ ਸੱਚਾਈ ਹੈ। ਅਤੇ 16% ਜਿਹੜੀ ਹਿੰਦੂ ਵੋਟ ਬਚਦੀ ਹੈ ਉਹ ਵੀ ਡਿਵਾਈਡ ਹੁੰਦੀ ਹੈ, ਉਹ ਵੀ ਸਿੱਖ ਚਿਹਰਿਆਂ ਵਿੱਚ ਹੁੰਦੀ ਹੈ। ਜਾਣੀ ਕਿ ਜੇ ਬਠਿੰਡਾ ਸੀਟ ਦੀ ਤੁਸੀਂ ਗੱਲ ਕਰੋਗੇ ਤਾਂ ਜਿਹੜੇ ਮੈਨੂੰ ਅੰਕੜੇ ਸਮਝ ਵਿੱਚ ਆ ਰਹੇ ਨੇ ਉਹ ਜ਼ਿਆਦਾ ਤੌਰ 'ਤੇ ਹਿੰਦੂ ਵੋਟ ਦੇ ਜਾਂ ਸਿੱਖ ਵੋਟ ਦੇ ਉਹ ਕਾਂਗਰਸ ਵੱਲ ਜਾ ਰਹੇ ਨੇ। ਮੈਂ ਪਹਿਲਾਂ ਤੁਹਾਨੂੰ ਦੱਸਿਆ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਬੰਧਕੀ ਢਾਂਚਾ ਹੈਗਾ ਗੁਰਦੁਆਰਾ ਸਾਹਿਬ ਦਾ ਲਾ ਲਓ ਜਾਂ ਸ਼੍ਰੋਮਣੀ ਕਮੇਟੀ ਦਾ ਲਾ ਲਓ, ਉਹ ਤੋਂ 30% ਲੋਕ ਖਫਾ ਨੇ, ਅਤੇ ਉਹ ਜਿਹੜੀ ਵੋਟ ਹੈ ਉਹ ਕਾਂਗਰਸ ਦੇ ਪਾਲੜੇ ਵਿੱਚ ਹੈਗੀ ਹੈ। ਕਿਉਂਕਿ 15-20% ਤਾਂ ਲੋਕ ਉੱਦਾਂ ਹੀ ਜਿਹੜੀ ਸਿੱਖ ਵੋਟ ਹੈ ਕਾਂਗਰਸ ਦੇ ਹੱਕ ਵਿੱਚ ਹੈਗੀ ਹੈ, ਇਹ ਸੱਚਾਈ ਹੈ। ਅਤੇ ਦੂਜੀ ਗੱਲ ਥੋੜ੍ਹੀ ਜਿਹੀ ਹੋਰ ਸੁਣ ਲਿਓ ਧਿਆਨ ਦੇ ਨਾਲ, ਜਿਹੜੀ ਮੈਂ ਗੱਲਬਾਤ ਕਰ ਰਿਹਾ ਮੈਂ ਜਿਹੜੀ ਗਰਾਊਂਡ ਲੈਵਲ 'ਤੇ ਜਾ ਕੇ ਇਹ ਦੇਖਿਆ ਔਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਇਹ ਉੱਥੋਂ ਮੈਂ ਦੱਸ ਰਿਹਾ। ਦੂਜੀ ਗੱਲ ਇੱਕ ਹੋਰ ਹੈ, ਇੱਕ ਸ਼ਬਦ ਵਰਤਿਆ ਜਾਂਦਾ ਸੀ ਕਿ ਸਿੱਖਾਂ ਦਾ ਭਾਜਪਾ ਕਰਨ ਬੀਜੇਪੀ ਕਰਨ ਹੋ ਗਿਆ, ਅਤੇ ਹੁਣ ਇਹ ਸ਼ਬਦ ਨੂੰ ਜੇ ਤੁਸੀਂ ਉਲਟ ਕਰੋਗੇ ਹੁਣ ਇਹ ਕਹਿ ਸਕਦੇ ਕਿ ਭਾਜਪਾ ਦਾ ਜੱਟ ਕਰਨ ਹੋ ਗਿਆ। ਉਹਦਾ ਕਾਰਨ ਕਿ ਬੀਜੇਪੀ ਸਰਕਾਰ ਨੇ, ਬੀਜੇਪੀ ਪਾਰਟੀ ਨੇ ਜਿਹੜੇ ਬਹੁਤੇ ਚਿਹਰੇ ਨੇ ਪੰਜਾਬ ਦੇ ਵਿੱਚ ਉਹ ਸਿੱਖ ਚਿਹਰੇ ਨੇ ਕੈਂਡੀਡੇਟ, ਇਸ ਕਰਕੇ ਜਿਹੜੀ ਹਿੰਦੂ ਵੋਟ ਹੈ ਉਹ ਇਹਨਾਂ ਚਿਹਰਿਆਂ ਨੂੰ ਬਹੁਤੀ ਪੈ ਨਹੀਂ ਸਕਦੀ। ਜਾਣੀ ਕਿ 34% ਵਿੱਚੋਂ ਜੇ 14-15% ਦੀ ਗੱਲ ਕਰੋਗੇ ਉਹ ਤਾਂ ਫਿਰ ਵੀ ਉੱਦਾਂ ਹੀ ਡਿਵਾਈਡ ਹੋਣੀ ਹੈ ਸਾਰੇ ਚਿਹਰਿਆਂ ਦੇ ਵਿੱਚ, ਸਾਰੇ ਕੈਂਡੀਡੇਟਾਂ ਦੇ ਵਿੱਚ। ਅਤੇ ਜਿਹੜਾ ਵੱਡਾ ਹਿੱਸਾ ਹੈ ਹਿੰਦੂ ਵੋਟ ਦਾ ਉਹ ਅੰਕੜੇ ਦੱਸਦੇ ਨੇ ਕਿ ਬਹੁਤਾ ਵੱਡਾ ਹਿੱਸਾ ਜਾਣੀ ਕਿ 20-22% ਵੋਟ ਉਹ ਜਿਹੜੀ ਹੈ ਉਹ ਕਾਂਗਰਸ ਦੇ ਪਾਲੜੇ ਵਿੱਚ ਹੈ, ਕਾਂਗਰਸ ਨੂੰ ਪੈ ਰਹੀ ਹੈ, ਇਹ ਸੱਚਾਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਬੀਬਾ ਹਰਸਿਮਰਤ ਕੌਰ ਬਾਦਲ ਦੀ। ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤਾਂ ਵੋਟ ਪਾਉਣ ਵਾਲਾ ਜਿਹੜਾ ਉਹ ਵੋਟਰ ਇੱਕ ਨਹੀਂ 100 ਵਾਰੀ ਸੋਚੂਗਾ, ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਤਾਂ ਐਤਕੀ ਦੌੜ 'ਚੋਂ ਬਾਹਰ ਹੈ, ਜਿੱਤਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਇਹ ਤਾਂ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਮੇਰੇ ਕੋਲੋਂ ਪੁੱਛੋ, ਇਹਨਾਂ ਨੂੰ ਮੁੜ ਕੇ ਲੀਹ 'ਤੇ ਅਕਾਲੀ ਦਲ ਦੀ ਗੱਡੀ ਚੜ੍ਹਾਉਣ ਵਾਸਤੇ, ਲਿਆਉਣ ਵਾਸਤੇ ਹਾਲੇ 15 ਸਾਲ ਲੱਗਣੇ ਨੇ। ਜਿਵੇਂ ਸੁਖਬੀਰ ਬਾਦਲ ਹੁਣ ਸਟੈਂਡ ਦੀ ਗੱਲ ਕਰਦਾ, ਕਹਿੰਦਾ ਅਸੀਂ ਆਪਣਾ ਕਿਰਦਾਰ ਦੇਖਾਂਗੇ ਭਾਵੇਂ ਸਾਨੂੰ ਸੀਟ ਮਿਲੇ ਨਾ ਮਿਲੇ, ਜਿਵੇਂ ਭਾਵੇਂ ਹੁਣ ਦੀ ਗੱਲ ਕਰਦਾ ਜਾਂ 27 ਦੀ ਗੱਲ ਕਰਦਾ, ਫਿਰ ਬਾਅਦ ਵਿੱਚ ਕਹਿੰਦਾ ਭਾਵੇਂ ਸਾਨੂੰ 32 ਵਿੱਚ ਵੀ ਨਾ ਮਿਲੇ, 33 ਵਿੱਚ ਵੀ ਨਾ ਮਿਲੇ, ਜਿਵੇਂ ਗੱਲਾਂ ਕਰੀ ਜਾਂਦਾ, ਜਿਵੇਂ ਗੱਪ ਮਾਰਦਾ ਹੁੰਦਾ, ਕਮਲਾ ਪਣ ਕਰਦਾ ਹੁੰਦਾ। ਜੇ ਉਸ ਹਿਸਾਬ ਨਾਲ ਵੀ ਚੱਲੀਏ ਕਿ ਅਕਾਲੀ ਦਲ ਦਾ ਇੱਕ ਸਟੈਂਡ ਹੋਊਗਾ ਜਾਂ ਮੁੜ ਕੇ ਲੀਹ 'ਤੇ ਲੈ ਕੇ ਆਉਣਗੇ, ਤਾਂ ਉਸ ਹਿਸਾਬ ਦੇ ਨਾਲ ਵੀ ਹਾਲੇ ਇਹਨਾਂ ਨੂੰ 15 ਸਾਲ ਲੱਗਣੇ ਨੇ ਘੱਟੋ ਘੱਟ। ਜਿਹੜੇ ਇਹਦੇ ਕਾਲੇ ਕਾਰਨਾਮੇ ਨੇ ਉਹ ਲੋਕਾਂ ਦੇ ਸਾਹਮਣੇ ਸਫਾਈਆਂ ਦੇਣ ਵਾਸਤੇ, ਜਸਟੀਫਾਈ ਕਰਨ ਵਾਸਤੇ ਘੱਟੋ ਘੱਟ 15 ਸਾਲ ਲੱਗਣੇ ਨੇ। ਹੁਣ ਜਦੋਂ ਬਠਿੰਡਾ ਸੀਟ ਦੀ ਗੱਲ ਕਰਦੇ ਹਾਂ, ਬੀਬਾ ਹਰਸਿਮਰਤ ਕੌਰ ਬਾਦਲ ਪੰਥ ਕਹਿੰਦੀ ਹੈ ਮੈਂ ਪੰਥ ਪਰਿਵਾਰ ਦੀ ਧੀ ਹੈਗੀ ਹਾਂ,
ਅਤੇ ਉਹ ਪੰਥਕ ਪਰਿਵਾਰ ਹੀ ਇਹ ਸੋਚੀ ਜਾਂਦੇ ਨੇ ਵੀ ਇਹਨਾਂ ਨੇ ਪੰਥ ਦਾ ਤਾਂ ਬੇੜਾ ਬਹਾਤਾ, ਅਸੀਂ ਵੋਟ ਕਿਉਂ ਪਾਈਏ। ਅਤੇ ਜਿਹੜਾ ਗਰਾਊਂਡ ਲੈਵਲ 'ਤੇ ਮੈਂ ਇਹ ਸਭ ਕੁਝ ਦੇਖਿਆ, ਉੱਥੋਂ ਇਹ ਸਿੱਧ ਹੋ ਜਾਂਦਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤਾਂ ਵੋਟ ਬਹੁਤੇ ਲੋਕ ਪਾ ਹੀ ਨਹੀਂ ਰਹੇ, ਖਫਾ ਨੇ। ਅਤੇ ਜਿਹੜੇ ਵੋਟ ਪਾਉਣ ਦੀ ਮਨਸ਼ਾ ਰੱਖਦੇ ਸੀ ਉਹ ਵੀ ਇਹ ਕਹਿ ਰਹੇ ਨੇ, ਕਹਿੰਦੇ ਅਸੀਂ ਆਪਣੀ ਵੋਟ ਖਰਾਬ ਥੋੜ੍ਹੀ ਕਰਨੀ ਹੈ। ਹੈਗਾ ਵੀ ਸੱਚ ਹੀ ਹੈ, ਜਦੋਂ ਜਿਹੜਾ ਕੈਂਡੀਡੇਟ ਜਿੱਤੇ ਹੀ ਨਹੀਂ ਰਿਹਾ, ਦੌੜ ਵਿੱਚ ਹੀ ਹੈ ਨਹੀਂ, ਅਤੇ ਉਹਨੂੰ ਲੋਕਾਂ ਨੇ ਵੋਟ ਪਾਉਣੀ ਵੀ ਕਿਉਂ ਹੈ? ਕਿਤੇ ਨਾ ਕਿਤੇ ਜਿਹੜੀ ਮੈਂ ਗੱਲ ਕਰ ਰਿਹਾ, ਬੁੱਧੀਜੀਵੀ ਲੋਕ ਵੀ ਇਹ ਤਕਰੀਬਨ ਮੰਨ ਰਹੇ ਨੇ ਕਿ ਬਠਿੰਡਾ ਜਿਹੜੀ ਲੋਕ ਸਭਾ ਸੀਟ ਹੈਗੀ ਆ, ਅਤੇ ਉਸ ਸੀਟ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਆ ਤਕਰੀਬਨ ਬਹੁਤ ਵੱਡੀ ਲੀਡ ਲੈ ਰਹੇ ਆ, ਇਹ ਸੱਚਾਈ ਹੈ। ਹੁਣ ਜਿਹੜੇ ਪੰਜ ਕੈਂਡੀਡੇਟ ਨੇ ਇਸ ਸੀਟ 'ਤੇ, ਮੈਂ ਤੁਹਾਨੂੰ ਗਿਣਾ ਦਿੰਦਾ, ਸਭ ਤੋਂ ਜੇ ਵੱਡੀ ਲੀਡ ਹੈਗੀ ਆ ਤਾਂ ਉਹ ਜੀਤ ਮਹਿੰਦਰ ਸਿੱਧੂ ਦੇ ਕੋਲ ਹੈ। ਅਤੇ ਦੂਜੇ ਨੰਬਰ 'ਤੇ ਆਪਾਂ ਗਿਣੀਏ ਤਾਂ ਉਹ ਹੈਗੇ ਨੇ ਖੁੱਡੀਆਂ ਸਾਹਿਬ, ਜਿਹੜੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹੈ। ਅਤੇ ਜੇ ਤੁਸੀਂ ਤੀਜੇ ਨੰਬਰ ਦੀ ਗੱਲ ਕਰੋਗੇ, ਹਾਲਾਂਕਿ ਬੁੱਧੀਜੀਵੀ ਲੋਕ ਮੰਨਦੇ ਨਹੀਂ, ਪਰ ਫਿਰ ਵੀ ਕਹਿੰਦੇ ਤੀਜੇ ਨੰਬਰ 'ਤੇ ਜੇ ਕੋਈ ਹੈ ਤਾਂ ਉਹ ਬੀਬਾ ਹਰਸਿਮਰਤ ਕੌਰ ਬਾਦਲ ਹੈ, ਠੀਕ ਹੈ ਜੀ। ਫਿਰ ਚੌਥੇ ਨੰਬਰ 'ਤੇ ਕੌਣ ਆਉਂਦਾ? ਬੀਬਾ ਪਰਮਪਾਲ ਕੌਰ, ਜਿਹੜੀ ਬੀ ਜੇ ਪੀ ਦੀ ਕੈਂਡੀਡੇਟ ਹੈ। ਅਤੇ ਪੰਜਵੇਂ ਨੰਬਰ 'ਤੇ ਲੱਖਾ ਸਿਧਾਣਾ ਆ ਜਾਂਦਾ। ਜਾਣੀ ਕਿ ਕੁੱਲ ਮਿਲਾ ਕੇ ਜਿਹੜੇ ਮੈਂ ਅੰਕੜੇ ਤੁਹਾਡੇ ਸਾਹਮਣੇ ਰੱਖੇ ਨੇ, ਇੱਕ ਤਾਂ ਇਹ ਹਊਆ ਬਣਾਇਆ ਗਿਆ ਸੀ ਕਿ ਹਿੰਦੂ ਵੋਟ ਬੀ ਜੇ ਪੀ ਨੂੰ ਪੈਂਦੀ ਹੈ, ਅਤੇ ਜੇ ਤੁਸੀਂ 78% ਵੋਟ ਦੀ ਗੱਲ ਕਰੋਗੇ ਪੂਰੇ ਭਾਰਤ ਵਿੱਚ, ਉਹਦੇ ਵਿੱਚੋਂ 50% ਜਿਹੜੀ ਹਿੰਦੂ ਕਮਿਊਨਿਟੀ ਹੈ ਉਹ ਬੀ ਜੇ ਪੀ ਤੋਂ ਦੁਖੀ ਹੈ, ਖਫਾ ਹੈ। ਜਾਣੀ ਕਿ ਟੋਟਲ ਤੁਸੀਂ ਇਹ ਕਹਿ ਸਕਦੇ ਹੋ ਕਿ 50% ਜਿਹੜਾ ਹਿੰਦੂ ਸਮਾਜ ਹੈ ਉਹ ਬੀ ਜੇ ਪੀ ਤੋਂ ਖਫਾ ਹੈ। ਦੂਜੀ ਗੱਲ, ਇਹ ਜ਼ਰੂਰੀ ਨਹੀਂ ਹੈਗਾ ਜਿਹੜੇ ਬੁੱਧੀਜੀਵੀ ਲੋਕ ਦੱਸਦੇ ਆ ਕਿ ਜੇ ਕੋਈ ਹਿੰਦੂ ਹੈ ਉਹ ਬੀ ਜੇ ਪੀ ਦਾ ਸਮਰਥਨ ਕਰਦਾ, ਇਹ ਜ਼ਰੂਰੀ ਨਹੀਂ ਹੈਗਾ। ਇਹ ਬੀ ਜੇ ਪੀ ਨੇ ਉੱਪਰੋਂ ਇੱਕ ਹਊਆ ਬਣਾਇਆ ਸੀ ਕਿ ਹਿੰਦੂ ਵੋਟ ਸਾਡੀ ਹੈ, ਪਰ ਜਿਹੜੇ ਹੁਣ ਅੰਕੜੇ ਸਾਹਮਣੇ ਆ ਰਹੇ ਨੇ, 50% ਲੋਕ ਤਾਂ ਹਿੰਦੂ ਸਮਾਜ ਦੇ ਉਹਦੇ ਬੀ ਜੇ ਪੀ ਤੋਂ ਖਫਾ ਨੇ, ਅਤੇ 30% ਜਿਹੜੀ ਵੋਟ ਹੈਗੀ ਆ ਪੂਰੇ ਭਾਰਤ ਵਿੱਚੋਂ ਉਹ ਤਕਰੀਬਨ ਕਾਂਗਰਸ ਦੇ ਹੱਕ ਵਿੱਚ ਭੁਗਤਦੀ ਹੈ ਹਮੇਸ਼ਾ ਹੀ। ਜਾਣੀ ਕਿ ਐਤਕੀ ਆਮ ਅੰਕੜੇ ਸਾਫ ਨੇ। ਜੇ ਮੇਰੇ ਕੋਲੋਂ ਕੋਈ ਪੁੱਛੇ ਤਾਂ ਬਠਿੰਡਾ ਲੋਕ ਸਭਾ ਹਲਕਾ ਜਿਹੜੀ ਸੀਟ ਹੈਗੀ ਆ ਉਹ ਜੀਤ ਮਹਿੰਦਰ ਸਿੱਧੂ ਦੇ ਹੱਕ ਵਿੱਚ ਜਾ ਰਹੀ ਹੈ। ਅਤੇ ਮੈਂ ਜਿਹੜੇ ਤੁਹਾਨੂੰ ਅੰਕੜੇ ਦੱਸੇ ਨੇ, 54% ਵੋਟ ਜਿਹੜੀ ਆ ਉਹ ਸਿੱਖ ਵੋਟ ਹੈ, ਅਤੇ ਉਹਨੂੰ ਤੁਸੀਂ 5 ਹਿੱਸਿਆਂ ਵਿੱਚ ਡਿਵਾਈਡ ਕਰ ਦਿਓ, ਇਸ ਚਾਹੀਏ ਹੈ। ਉਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਕਾਂਗਰਸ ਦੇ ਪਾਲੜੇ ਵਿੱਚ ਹੈ। ਜੇ ਹਿੰਦੂ ਵੋਟ ਦੀ ਗੱਲ ਕਰੋਗੇ ਉਹਦੇ ਵਿੱਚੋਂ ਵੀ ਬਹੁਤ ਵੱਡਾ ਹਿੱਸਾ ਕਾਂਗਰਸ ਦੇ ਪਾਲੜੇ ਵਿੱਚ ਹੈ। ਮੈਂ ਇਹ ਕਹਿ ਸਕਦਾ ਜਿਹੜੇ ਮੇਰੇ ਅੰਕੜੇ ਨੇ ਕਿ 42-43% ਵੋਟ ਜਿਹੜੀ ਹੈ ਬਠਿੰਡਾ ਲੋਕ ਸਭਾ ਹਲਕਾ ਦੀ ਉਹ ਜੀਤ ਮਹਿੰਦਰ ਸਿੱਧੂ ਦੇ ਹੱਕ ਵਿੱਚ ਜਾ ਰਹੀ ਹੈ, ਜਾਣੀ ਕਿ ਉਹਨਾਂ ਦੀ ਬਹੁਤ ਵੱਡੀ ਲੀਡ ਹੈ ਬਠਿੰਡਾ ਲੋਕ ਸਭਾ ਸੀਟ ਤੋਂ। ਇਹ ਜਿਹੜੇ ਮੈਂ ਅੰਕੜੇ ਪੇਸ਼ ਕੀਤੇ ਨੇ ਗਰਾਊਂਡ ਲੈਵਲ 'ਤੇ ਜਿਹੜੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਮੈਂ ਸਮਾਪਤੀ ਵੀਡੀਓ 'ਤੇ ਕਰਨੀ ਹੈ। ਬਹੁਤੇ ਲੋਕ
ਜਿਹੜੇ ਹਊਆ ਬਣਾਉਂਦੇ ਨੇ ਕਿ ਪੰਥ ਦੇ ਨਾਂ 'ਤੇ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦੀ ਹੈ, ਪਹਿਲੀ ਗੱਲ ਤਾਂ ਜਿਹੜਾ ਪੰਜਾਬ ਦੇ ਵਿੱਚ ਪੰਥ ਦੀ ਗੱਲ ਕਰਦੇ ਨੇ ਉਹ ਪੰਥ ਨੂੰ ਇਹਨਾਂ ਨੇ ਖੇਰੂ ਖੇਰੂ ਕਰਤਾ, ਸੈਂਕੜੇ ਧੜਿਆਂ ਦੇ ਵਿੱਚ ਵੰਡਿਆ ਗਿਆ ਉਹ ਪੰਥ। ਅਤੇ ਦੂਜੀ ਗੱਲ ਬੀਬਾ ਹਰਸਿਮਰਤ ਕੌਰ ਬਾਦਲ ਦੀ, ਅਤੇ ਮੈਂ ਫੇਰ ਕਹਿ ਦਿੰਦਾ ਜਿਹੜੇ ਗਰਾਊਂਡ ਲੈਵਲ 'ਤੇ ਬੁੱਧੀਜੀਵੀ ਲੋਕ ਸਰਵੇ ਕਰ ਰਹੇ ਨੇ, ਉਹ ਕਹਿੰਦੇ ਬੀਬਾ ਹਰਸਿਮਰਤ ਕੌਰ ਬਾਦਲ ਇਸ ਵਕਤ ਬਠਿੰਡਾ ਸੀਟ ਤੋਂ ਤੀਜੇ ਨੰਬਰ 'ਤੇ ਹੈ। ਜਿਹੜਾ ਤੀਜੇ ਨੰਬਰ 'ਤੇ ਕੈਂਡੀਡੇਟ ਹੁੰਦਾ ਉਹਦਾ ਮਤਲਬ ਇਹ ਹੁੰਦਾ ਕਿ ਉਹ ਦੌੜ ਵਿੱਚ ਹੈ ਹੀ ਨਹੀਂ। ਇਹ ਬੇਨਤੀ ਮੈਂ ਤਾਂ ਕੀਤੀ ਹੈ, ਅਤੇ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵੀ ਜਿਹੜੀ ਬਠਿੰਡਾ ਸੀਟ ਹੈਗੀ ਹੈ ਅਤੇ ਉਹ ਤਕਰੀਬਨ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਜਾ ਰਹੀ ਹੈ, ਇਹ ਸੱਚਾਈ ਹੈ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।